ਮੈਂ ਆਪਣੇ ਪਰਿਵਾਰ ਸਮੇਤ ਸਾਰੇ ਸਾਥੀਆਂ ਸਮੇਤ ਅਸੀਂ ਬੀਜੇਪੀ 'ਚ ਸ਼ਾਮਿਲ ਹੋ ਰਹੇ ਹਾਂ। ਅੱਜ ਮਾਨਯੋਗ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨਾਲ ਮੀਟਿੰਗ ਸੀ, ਮੇਰੇ ਪਰਿਵਾਰ ਦੇ ਸਾਰੇ ਮੈਂਬਰ ਆਏ ਨੇ। ਅਸੀਂ ਮਿਲ ਕੇ ਫੈਸਲਾ ਕਰ ਲਿਆ ਕਿ ਅਸੀਂ ਬੀਜੇਪੀ 'ਚ ਚੱਲਾਂਗੇ। ਔਰ ਅਸੀਂ ਅਮਿਤ ਸ਼ਾਹ ਜੀ ਨੇ ਜਿਹੜਾ ਟਵੀਟ ਕਰਨਾ ਹੁਣੇ ਤੁਹਾਡੇ ਸੋਸ਼ਲ ਮੀਡੀਆ 'ਤੇ ਆ ਜਾਏਗਾ, ਜੋ ਆਦੇਸ਼ ਹੋਏ ਨੇ ਆਪਾਂ ਉਸ ਹਿਸਾਬ ਨਾਲ ਕੰਮ ਕਰ ਰਹੇ ਹਾਂ। ਜਿਹੜੀ ਪ੍ਰੈਸ ਕਾਨਫਰੰਸ ਆ ਪਰਸੋਂ ਕੀਤੀ ਜਾਏਗੀ, ਜਿੱਥੇ ਕਿਤੇ ਵੀ ਆਦੇਸ਼ ਹੋਏਗਾ ਮੇਰਾ ਖਿਆਲ ਸਟੇਟ ਹੈੱਡਕੁਆਟਰ 'ਤੇ ਕਰਾਂਗੇ, ਉਹ ਕਰਾਂਗੇ, ਸਾਰੀ ਗੱਲ ਦੱਸਾਂਗੇ ਕੀ ਹੋਇਆ, ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਕਿਉਂ ਆ ਰਹੇ ਨੇ, ਉਹ ਸਾਰੀ ਗੱਲ ਉੱਥੇ ਦੱਸਾਂਗੇ। ਮਾਹੌਲ ਐਸਾ ਬਣ ਗਿਆ ਪੰਜਾਬ ਦੀ ਕਾਂਗਰਸ ਦੇ ਵਿੱਚ ਕਿ ਉੱਥੇ ਆਮ ਸ਼ਰੀਫ ਆਦਮੀ, ਆਮ ਆਦਮੀ ਉੱਥੇ ਕੰਮ ਨਹੀਂ ਕਰ ਸਕਦਾ। ਪੋਲੀਟੀਕਲ ਗੈਂਗ ਬਣ ਗਏ ਨੇ ਔਰ ਆਪਣੀ ਮਰਜ਼ੀ ਚਲਾਉਂਦੇ ਨੇ, ਕਿਸੇ ਦੀ ਗੱਲ ਸੁਣਦੇ ਨੇ। ਔਰ ਇਹ ਸਫੋਕੇਸ਼ਨ ਜਿਹੜੀ ਆ, 80% ਜਿਹੜੇ ਕਾਂਗਰਸ ਦੇ ਵਰਕਰਸ ਨੇ ਸਾਡੇ ਵਰਗੇ, ਜਿਹੜੇ ਪਾਰਟੀ ਲਈ 40-40 ਸਾਲ ਕੁਰਬਾਨੀਆਂ ਕੀਤੀਆਂ, ਉਹ ਸਫੋਕੇਟਡ ਫੀਲ ਕਰ ਰਹੇ। ਅਤੇ ਦੂਜੇ ਬੰਨੇ ਮੋਦੀ ਜੀ ਦੀ ਟੀਮ, ਅਮਿਤ ਸ਼ਾਹ ਜੀ ਦੀ ਟੀਮ, ਪੂਰੇ ਬੀਜੇਪੀ ਦੇ ਵਰਕਰ ਦੇਸ਼ ਦੀ ਗੱਲ ਕਰ ਰਹੇ ਨੇ। ਉੱਥੇ ਕੁਰਸੀ ਦੀਆਂ ਗੱਲਾਂ ਹੁੰਦੀਆਂ, ਇੱਥੇ ਦੇਸ਼ ਦੀ ਗੱਲ ਹੁੰਦੀ। ਮੈਂ ਸਮਝਦਾ ਅਸੀਂ ਲੋਕ ਦੇਸ਼ ਦੇ ਨਾਲ ਜੁੜੇ ਹਾਂ, ਅਸੀਂ ਦੇਸ਼ ਦੀ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ, ਪੰਜਾਬ 'ਚੋਂ ਗੁਰਬਤ ਗਰੀਬੀ ਦੂਰ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਬੀਜੇਪੀ 'ਚ ਆਏ ਕਿ ਪੰਜਾਬ ਦਾ ਵੀ ਕੁਛ ਭਲਾ ਹੋਵੇ, ਸਾਰਾ ਦੇਸ਼ ਅੱਗੇ ਵਧ ਰਿਹਾ, ਪੰਜਾਬ ਵੀ ਅੱਗੇ ਵਧੇ, ਇਸ ਲਈ ਅਸੀਂ ਕੰਮ ਕਰ ਰਹੇ ਹਾਂ। ਦੇਖੋ, ਮੇਰੀ ਕੋਈ ਡਿਮਾਂਡ ਨਹੀਂ ਹੈ, ਨਾ ਮੈਂ ਲੋਕ ਸਭਾ ਦੀ ਡਿਮਾਂਡ ਕਰਦਾ, ਨਾ ਮੈਂ ਵਿਧਾਨ ਸਭਾ ਦੀ ਡਿਮਾਂਡ ਕਰਨਾ। ਮੈਂ ਤਾਂ ਇੱਕ ਆਮ, ਕਿਉਂਕਿ ਯੂਨੀਵਰਸਿਟੀ ਦੇ ਪ੍ਰੈਜੀਡੈਂਟ ਰਹੇ ਹਾਂ, MLA ਵੀ ਰਹਿ ਕੇ ਦੇਖ ਲਿਆ, ਪਾਰਟੀ ਦਾ ਸੈਕਟਰੀ ਰਹਿ ਕੇ ਵੀ ਦੇਖ ਲਿਆ, ਮੈਨੂੰ ਕੋਈ ਇੱਛਾ ਨਹੀਂ ਹੈ ਇਸ ਵੇਲੇ। ਮੇਰੀ ਸਿਰਫ ਇੱਕੋ ਇੱਛਾ ਹੈ, ਖਾਸ ਤੌਰ 'ਤੇ ਬਾਰਡਰ ਜ਼ਿਲ੍ਹੇ ਦੇ ਲੋਕਾਂ ਦੀ, ਉਹ ਪਿੱਛੇ ਬਹੁਤ ਪਿਛੜ ਗਿਆ ਸਾਡਾ ਇਲਾਕਾ, ਕੋਈ ਧਿਆਨ ਨਹੀਂ ਕਰ ਰਿਹਾ। ਬੀਜੇਪੀ ਹੀ ਉਹਨੂੰ ਅੱਗੇ ਲੈ ਕੇ ਜਾ ਸਕਦੀ ਹੈ। ਮੋਦੀ ਦੀ ਸਰਕਾਰ ਅਗਲੀ ਵਾਰ ਫਿਰ ਬਣਨ ਵਾਲੀ ਹੈ ਔਰ ਉਹੀ ਸਾਨੂੰ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ 'ਤੇ ਬਾਰਡਰ ਦੇ ਜਿਹੜੇ 6 ਜ਼ਿਲ੍ਹੇ ਨੇ, ਉਹਨਾਂ ਨੂੰ ਬਚਾ ਸਕਦੇ। ਉਹਨਾਂ ਬਾਰੇ ਅਸੀਂ ਆਉਣ ਵਾਲੀ ਪ੍ਰੈਸ ਕਾਨਫਰੰਸ 'ਚ ਗੱਲ ਕਰਾਂਗੇ।